ਹਿਮਾਚਲ ਦੇ ਵਿੱਚ ਬਹੁਤ ਸਾਰੇ ਕਤਲ ਐਸੇ ਹੋਏ ਜਿਹੜੇ ਮੀਡੀਆ 'ਚ ਨਹੀਂ ਆਏ ਅਤੇ ਸਰਕਾਰ ਨੇ ਉਹਨਾਂ ਨੂੰ ਦਬਾ ਦਿੱਤਾ ਗਿਆ। ਪਿੱਛੇ ਜੇ ਇੱਕ ਢਾਬੇ ਦੇ ਉੱਤੇ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਇੱਕ NRA ਪਰਿਵਾਰ ਦੀ ਕੁੱਟਮਾਰ ਕੀਤੀ ਗਈ। ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਜੇ ਤੁਸੀਂ ਦੇਖੋਗੇ ਵੀ ਮਨੀਕਰਨ ਦੇ ਵਿੱਚ ਕਿੱਡਾ ਵੱਡਾ ਇੰਸੀਡੈਂਟ ਹੋਇਆ ਸੀ। ਜਿੰਨੀਆਂ ਵੀ ਟੋਟਲ ਸੂਬੇ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹਨ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਵਾਈਟ ਪੇਪਰ ਜਿਹੜਾ ਉਹ ਜਾਰੀ ਕਰੇ ਅਤੇ ਸੂਬਾ ਸਰਕਾਰ ਨੂੰ ਡਾਇਰੈਕਟ ਕਰੇ, ਜਿਹੜੀ ਯੂਨੀਅਨ ਗੌਰਮੈਂਟ ਹੈ, ਹੋਮ ਮਿਨਿਸਟਰੀ, ਗੌਰਮੈਂਟ ਆਫ ਇੰਡੀਆ ਦੀ, ਵੀ ਉਹ ਪੰਜਾਬੀਆਂ ਦੀ, ਖਾਸ ਕਰ ਸਿੱਖਾਂ ਦੀ ਅਤੇ ਹੋਰ ਮਾਇਨੋਰਿਟੀ ਦੀ ਜਿਹੜੀ ਲਾਈਫ ਐਂਡ ਲਿਬਰਟੀ ਉਹਨੂੰ ਉਹਦੀ ਸੇਫਟੀ ਨੂੰ ਇਨਸ਼ੋਰ, ਇਹਨੂੰ ਲੈ ਕੇ ਅਸੀਂ ਕੰਪਲੇਂਟ ਫਾਈਲ ਕੀਤੀ ਹੈ। ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬੀਆਂ ਦੀ, ਖਾਸ ਕਰ ਅਤੇ ਸਿੱਖਾਂ ਦੀ ਕੁੱਟਮਾਰ ਲਗਾਤਾਰ ਹੁੰਦੀ ਰਹੀ, ਉਹਦੀਆਂ ਖਬਰਾਂ ਵੀ ਨਸ਼ਰ ਹੁੰਦੀਆਂ ਰਹੀਆਂ, ਇੱਕ ਪੰਜਾਬੀ ਦੀ ਮੌਤ ਵੀ ਹੋਈ। ਇਸ ਮਸਲੇ ਦੇ ਵਿੱਚ ਹੁਣ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਕੋਲ ਮੰਗ ਕੀਤੀ ਜਾ ਰਹੀ ਹੈ ਕੰਪਲੇਂਟ ਦੇ ਜ਼ਰੀਏ ਕਿ ਇਸ ਮਾਮਲੇ ਨੂੰ ਦੇਖਿਆ ਵਿਚਾਰਿਆ ਜਾਵੇ। ਇਸੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਰਵਿੰਦਰ ਸਿੰਘ ਬਾਸੀ ਜੀ ਨੇ, ਐਡਵੋਕੇਟ ਨੇ, ਇਹਨਾਂ ਵੱਲੋਂ ਇਹ ਕੰਪਲੇਂਟ ਪਾਈ ਗਈ ਹੈ। ਬਾਸੀ ਜੀ, ਇਹ ਕੰਪਲੇਂਟ ਜਿਹੜੀ ਹੈਗੀ ਹੈ ਇਹਦੇ 'ਚ ਆਧਾਰ ਕੀ ਬਣਾਏ ਗਏ ਆ, ਕਿਹੜੇ ਕਿਹੜੇ ਕੁੱਟਮਾਰ ਦੇ ਕੇਸ ਹੈਗੇ ਆ ਜਿਹੜੇ ਤੁਸੀਂ ਇਹਦੇ ਵਿੱਚ ਨੁਕਤੇ ਦੇ ਤੌਰ 'ਤੇ ਰੱਖੇ? ਦੇਖੋ ਜੀ, ਪਿਛਲੇ ਕੁਝ ਸਮੇਂ ਤੋਂ ਜਿੱਦਾਂ ਇਹ ਆਪਣੇ ਕਿਸਾਨੀ ਅੰਦੋਲਨ ਖਾਸ ਕਰਕੇ ਸ਼ੁਰੂ ਹੋਇਆ ਅਤੇ ਖਤਮ ਹੋਇਆ, ਉਸ ਤੋਂ ਬਾਅਦ ਇੱਕ ਤਬਕਾ ਵਿਸ਼ੇਸ਼ ਦੇ ਮਨਾਂ ਦੇ ਵਿੱਚ ਪੰਜਾਬੀਆਂ ਦੇ ਪ੍ਰਤੀ, ਖਾਸ ਕਰ ਸਿੱਖਾਂ ਦੇ ਪ੍ਰਤੀ ਇੱਕ ਨਫ਼ਰਤ ਘਰ ਘਰ ਗਈ ਹੈ, ਜਿਹਦਾ ਸਾਨੂੰ ਪ੍ਰਤੱਖ ਰੂਪ 'ਚ ਦੇਖਣ ਦੇ ਵਿੱਚ ਕੁਛ ਹਿੱਲ ਸਟੇਸ਼ਨਾਂ ਦੇ ਉੱਤੇ ਜਾਂ ਹੋਰ ਸਟੇਟਾਂ ਦੇ ਵਿੱਚ ਦੇਖਣ 'ਚ ਆ ਰਿਹਾ ਹੈ ਕਿ ਜਿੱਥੇ ਵੀ ਕਿਤੇ ਸਿੱਖ ਟੂਰਿਸਟ ਟੂਰਿਸਟ ਹੁੰਦਾ ਜਾਂ ਕੋਈ ਪੰਜਾਬੀ ਨੰਬਰ ਦੀ ਗੱਡੀ ਹੁੰਦੀ ਹੈ ਅਤੇ ਲੋਕਲ ਉੱਥੇ ਉਹਨਾਂ ਨੂੰ ਘੇਰ ਕੇ ਕੁੱਟਮਾਰ ਕਰਦੇ ਹੈ, ਕਈ ਜਗ੍ਹਾ ਕਤਲ ਕਰ ਦਿੱਤੇ ਗਏ। ਅਤੇ ਸੂਬਾ ਸਰਕਾਰ ਜਿਹੜੀਆਂ ਹੈਗੀਆਂ ਇਹਨਾਂ ਘਟਨਾਵਾਂ ਨੂੰ ਨਿੱਜੀ ਲੜਾਈਆਂ ਦਾ ਰੂਪ ਦੇ ਕੇ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੀ ਹੈ। ਅਤੇ ਐਵੇਂ ਹਿਮਾਚਲ ਦੇ ਵਿੱਚ ਬਹੁਤ ਸਾਰੇ ਕਤਲ ਐਸੇ ਹੋਏ ਹੈ ਜਿਹੜੇ ਮੀਡੀਆ 'ਚ ਨਹੀਂ ਆਏ ਅਤੇ ਸਰਕਾਰ ਨੇ ਉਹਨਾਂ ਨੂੰ ਦਬਾ ਦਿੱਤਾ ਗਿਆ। ਪਿੱਛੇ ਜੇ ਇੱਕ ਢਾਬੇ ਦੇ ਉੱਤੇ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਇੱਕ NRA ਪਰਿਵਾਰ ਦੀ ਕੁੱਟਮਾਰ ਕੀਤੀ ਗਈ। ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਜੇ ਤੁਸੀਂ ਦੇਖੋਗੇ ਵੀ ਮਨੀਕਰਨ ਦੇ ਵਿੱਚ ਕਿੱਡਾ ਵੱਡਾ ਇੰਸੀਡੈਂਟ ਹੋਇਆ ਸੀਗਾ। ਹਿਮਾਚਲ ਦੇ ਵਿੱਚ ਖਾਸ ਕਰਕੇ ਇੱਕ ਤਬਕਾ ਵਿਸ਼ੇਸ਼, ਇੱਕ ਪੋਲੀਟੀਕਲ ਪਾਰਟੀ, ਮੈਂ ਕਹੂੰਗਾ ਇੱਕ ਕੋਈ ਔਰਗਨਾਈਜੇਸ਼ਨ ਜਿਹੜੀ ਕਮਨਲ ਉਹਨੂੰ ਬੜਾਵਾ ਦੇ ਰਹੀ ਹੈ, ਉਹਨੂੰ ਲੈ ਕੇ ਉਹ ਮਾਈਨੋਰਿਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ। ਪਿੱਛੇ ਸੰਜੌਲੀ ਦੇ ਮਸਜਿਦ ਦਾ ਮਾਮਲਾ ਹੋਵੇ ਚਾਹੇ, ਅਤੇ ਉੱਥੇ ਕਿਵੇਂ ਇੱਕ ਮੌਬ ਦੇ ਰੂਪ 'ਚ ਇਕੱਠੇ ਹੋ ਕੇ ਲੋਕ ਇੱਕ ਮਾਈਨੋਰਿਟੀ ਦੇ ਲੋਕਾਂ ਨੂੰ ਡਰਾ ਰਹੇ ਹਾਂ, ਧਮਕਾ ਰਹੇ ਹਾਂ, ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਹੋ ਰਹੇ ਹੈ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਇੱਕ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਉਰੇ ਕੰਪਲੇਂਟ ਫਾਈਲ ਕੀਤੀ ਹੈ ਵੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਇਹਦੇ 'ਚ ਇੰਟਰਵੀਨ ਕਰੇ, ਇੱਕ ਇਨਕੁਆਇਰੀ ਬਿਠਾਵੇ। ਇਨਕੁਆਇਰੀ ਦੇ ਵਿੱਚ ਜਿੰਨੀਆਂ ਵੀ ਟੋਟਲ ਸੂਬੇ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਈਆਂ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਵਾਈਟ ਪੇਪਰ ਜਿਹੜਾ ਉਹ ਜਾਰੀ ਕਰੇ ਅਤੇ ਸੂਬਾ ਸਰਕਾਰ ਨੂੰ ਡਾਇਰੈਕਟ ਕਰੇ, ਜਿਹੜੀ ਯੂਨੀਅਨ ਗੌਰਮੈਂਟ ਹੈ, ਹੋਮ ਮਿਨਿਸਟਰੀ ਹੈ, ਗੌਰਮੈਂਟ ਆਫ ਇੰਡੀਆ ਦੀ, ਵੀ ਉਹ ਪੰਜਾਬੀਆਂ ਦੀ, ਖਾਸ ਕਰ ਸਿੱਖਾਂ ਦੀ ਅਤੇ ਹੋਰ ਮਾਇਨੋਰਿਟੀਜ਼ ਦੀ ਜਿਹੜੀ ਲਾਈਫ ਐਂਡ ਲਿਬਰਟੀ ਉਹਨੂੰ ਉਹਦੀ ਸੇਫਟੀ ਨੂੰ ਇਨਸ਼ੋਰ ਕਰੇ, ਇਹਨੂੰ ਲੈ ਕੇ ਅਸੀਂ ਕੰਪਲੇਂਟ ਫਾਈਲ ਕੀਤੀ ਹੈ। ਕਿਉਂਕਿ ਪਿਛਲੇ ਕੁਝ ਸਮੇਂ ਤੋਂ ਦੇਖਣ 'ਚ ਆ ਰਿਹਾ ਵੀ ਹਿਮਾਚਲ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਲੋਕ
ਖਾਸ ਕਰਕੇ ਸਿੱਖ ਸੇਫ ਨਹੀਂ ਹੈ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਧੀਆਂ ਭੈਣਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਅਤੇ ਉੱਥੇ ਕਿਸੇ ਸਿੱਖ ਦਾ ਕਤਲ ਕਰਨ ਲੱਗੇ ਉਹ ਝਿਜਕ ਨਹੀਂ ਕਰਦੇ, ਅਤੇ ਉਹ ਕਤਲਾਂ ਦਾ ਜਿਹੜਾ ਜੇ ਕੇਸ ਵੀ ਦਰਜ ਕਰਦੇ ਅਤੇ ਸਰਕਾਰ ਉਹਨੂੰ ਨਿੱਜੀ ਰੰਜਿਸ਼ ਜਾਂ ਨਿੱਜੀ ਲੜਾਈ ਦਾ ਰੂਪ ਦੇ ਕੇ ਉਹਨੂੰ ਬੜਾ ਛੋਟਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਤੇ ਇਹ ਜਦੋਂ ਸਾਰੀਆਂ ਅਸੀਂ ਘਟਨਾਵਾਂ ਕਰਨ ਦੇਖੀਆਂ ਤਾਂ ਫਿਰ ਅਸੀਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ ਮੂਵ ਕਰਨਾ ਠੀਕ ਸਮਝਿਆ, ਤਾਂ ਕਿ ਅਸੀਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈਗਾ ਇਹਦੇ 'ਚ ਇੱਕ ਕਮੇਟੀ ਫਾਰਮ ਕਰਕੇ ਇੱਕ ਇੰਪਾਰਸ਼ਲ ਇਨਕੁਆਇਰੀ ਹੈ ਜਿਹੜੀ ਉਹ ਕਰੇ ਅਤੇ ਜੋ ਸੱਚ ਹੈ ਉਹ ਸਾਹਮਣੇ ਲਿਖਿਆ। ਅੱਛਾ, ਇੱਕ ਪਹਿਲੂ ਇਹਦਾ ਇਹ ਵੀ ਹੈਗਾ ਕਿਉਂਕਿ ਕੰਗਣਾ ਰਣੌਤ ਦੇ ਜਦੋਂ ਥੱਪੜ ਮਾਰਿਆ ਗਿਆ ਮੋਹਾਲੀ ਏਅਰਪੋਰਟ ਦੇ ਉੱਤੇ, ਉਸ ਤੋਂ ਬਾਅਦ ਹੀ ਇੰਸੀਡੈਂਟ ਲਗਾਤਾਰ ਸਾਹਮਣੇ ਆਉਣੇ ਸ਼ੁਰੂ ਹੋਏ ਆ। ਉਸ ਤੋਂ ਪਹਿਲਾਂ ਇੱਕ ਕੰਫਲਿਕਟ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਦੇ ਵਿਚਕਾਰ ਨਹੀਂ ਦੇਖਣ ਨੂੰ ਮਿਲਿਆ, ਕੀ ਇਹ ਵੀ ਇੱਕ ਪਹਿਲੂ ਜਾਂਚਣ ਪਰਖਣ ਦਾ ਵਿਸ਼ਾ ਨਹੀਂ ਹੈਗਾ ਇਸ ਮਸਲੇ ਦੇ ਵਿੱਚ? ਨਹੀਂ, ਕੰਗਣਾ ਰਣੌਤ ਦੀ ਬਿਆਨਬਾਜ਼ੀ, ਕੰਗਣਾ ਰਣੌਤ ਦਾ ਜਿਹੜਾ ਇੰਸੀਡੈਂਟ ਹੈ ਉਹ ਇੱਕ ਇੰਸੀਡੈਂਟ ਹੈ ਜਿਹਨੇ ਇਹਨੂੰ ਫਲੇਅਰ ਅਪ ਕੀਤਾ। ਉਸ ਤੋਂ ਪਹਿਲਾਂ ਵੀ ਜਿਹੜੀਆਂ ਇਹ ਜਿਹੀਆਂ ਸਮੱਸਿਆਵਾਂ ਹੈ ਜਿਹੜੇ ਪੰਜਾਬ ਦੇ ਲੋਕ ਹੈ ਫੇਸ ਕਰ ਰਹੇ ਸੀਗੇ। ਪਿਛਲੇ ਕੁਛ ਸਮੇਂ ਤੁਸੀਂ ਜੇ ਆਪਣਾ ਕਰੋਨਾ ਤੋਂ ਪਹਿਲਾਂ ਦੇਖੋ, ਮੰਡੀ ਦੇ ਵਿੱਚ ਉੱਥੇ 4 ਨੌਜਵਾਨਾਂ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਉੱਥੇ ਠੇਕੇਦਾਰੀ ਦਾ ਮਸਲਾ ਸੀ, ਪੰਜਾਬ ਦੇ ਨੌਜਵਾਨਾਂ ਨੇ ਠੇਕਾ ਲੈ ਲਿਆ ਸੀ ਉੱਥੇ, ਅਤੇ ਲੋਕਲ ਠੇਕੇਦਾਰਾਂ ਨੇ ਉੱਥੇ ਪਬਲਿਕ ਨੂੰ ਚੱਕ ਕੇ ਅਤੇ ਲੋਕਲ ਪਬਲਿਕ ਨੂੰ ਖਿਲਾਫ ਕਰਕੇ ਉਹ ਉੱਥੇ ਹਮਲਾ ਕਰਵਾ ਦਿੱਤਾ ਅਤੇ ਉਹ 4 ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਅਤੇ ਐਵੇਂ ਦੇ ਕਿੰਨੇ ਹੀ ਇੰਸੀਡੈਂਟ ਵੀ ਜਿੱਥੇ ਜਿਹੜਾ ਇਹ ਮੌਬ ਪੋਲੀਟਿਕਸ ਹੈ ਜਿਹੜੀ ਇਹ ਪੋਲੀਟੀਕਲ ਪਾਰਟੀਜ਼ ਖੇਲ ਰਹੀਆਂ, ਅਤੇ ਕਿਸਾਨੀ ਅੰਦੋਲਨ ਕਾਰਨ ਜੋ ਇਹਨਾਂ ਨੂੰ ਇੱਕ ਸੈਟਬੈਕ ਲੱਗਿਆ ਇੰਟਰਨੈਸ਼ਨਲ ਲੈਵਲ 'ਤੇ, ਹੁਣ ਉਹਦਾ ਬਦਲੇ ਦੇ ਰੂਪ ਬਦਲਾਖੋਰੀ ਦੇ ਰੂਪ 'ਚ ਇਹ ਆਪਣੇ ਕੇਡਰਸ ਨੂੰ ਅੱਗੇ ਇਹਨਾਂ ਨੇ ਡਾਇਰੈਕਟ ਕੀਤਾ ਵੀ ਜਿੱਥੇ ਵੀ ਤੁਹਾਨੂੰ ਪੰਜਾਬ ਦੇ ਲੋਕ ਮਿਲਣ, ਨੌਜਵਾਨ ਮਿਲਣ, ਸਿੱਖ ਮਿਲਣ, ਵੀ ਤੁਸੀਂ ਇਹਨਾਂ ਨੂੰ ਛੋਟੇ ਛੋਟੀਆਂ ਗੱਲਾਂ 'ਚ ਲਿਜਾ ਕੇ ਇਹਨਾਂ 'ਤੇ ਹਮਲੇ ਕਰੋ, ਇਹਨਾਂ ਦੀ ਕੁੱਟਮਾਰ ਕਰੋ। ਅਤੇ ਐਸੇ ਰੂਪ ਦੇ ਵਿੱਚ ਐਸੇ ਕੜੀ ਦੇ ਤਹਿਤ ਹਿਮਾਚਲ ਖਾਸ ਕਰਕੇ ਉੱਤਰਾਖੰਡ ਈਵਨ ਦਿੱਲੀ ਦੇ ਵਿੱਚ ਪਿੱਛੇ ਦੇਖਣਾ ਆਇਆ ਵੀ ਸਿੱਖਾਂ ਨਾਲ ਕਾਫੀ ਕੁੱਟਮਾਰ ਹੋ ਰਹੀ ਹੈ। ਅਤੇ ਰਾਹੁਲ ਗਾਂਧੀ ਦਾ ਅਮਰੀਕਾ 'ਚ ਜਾ ਕੇ ਕਹਿਣਾ ਕਿ ਵਾਕਈ ਜਿਹੜੀ ਸਿੱਖਾਂ ਦੀ ਸਮੱਸਿਆ ਜੈਨਿਊਨ ਹੈ, ਅਤੇ ਮੈਂ ਉਹਦੇ ਨਾਲ ਇਤਫਾਕ ਰੱਖਦਾ ਕਿ ਉਹ ਜੋ ਰਾਹੁਲ ਨੇ USA 'ਚ ਖੜ ਕੇ ਕਿਹਾ ਉਹ ਸਿੱਖਾਂ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਮੇਰੇ ਖਿਆਲ ਇਹ ਗੱਲ ਕਹੀ ਹੈ ਅਤੇ ਉਹਨਾਂ ਸੱਚ ਬੋਲਿਆ। ਇੱਥੇ ਇੱਕ ਇਹ ਵੀ ਪੁਆਇੰਟ ਹੈਗਾ, ਤੁਸੀਂ ਰਾਹੁਲ ਗਾਂਧੀ ਨੂੰ ਤਾਂ ਕਹਿ ਰਹੇ ਹੋ ਕਿ ਠੀਕ ਹੈ, ਲੇਕਿਨ ਹਿਮਾਚਲ 'ਚ ਤਾਂ ਕਾਂਗਰਸ ਦੀ ਸਰਕਾਰ ਹੈ, ਉੱਥੇ ਤਾਂ ਕਾਂਗਰਸ BJP ਦੀ ਸਰਕਾਰ ਨਹੀਂ ਹੈਗੀ। ਤਾਂ ਫਿਰ ਜਦੋਂ ਕਾਂਗਰਸ ਦੀ ਸਰਕਾਰ ਦੀ ਆਪਣੀ ਸਰਕਾਰ 'ਚ ਸਿੱਖ ਸੇਫ ਨਹੀਂ ਹੈਗੇ, ਤਾਂ ਫਿਰ ਉਹ ਦੂਜਿਆਂ 'ਤੇ ਉਂਗਲ ਵੀ ਕਿਵੇਂ ਚੱਕ ਸਕਦੇ? ਇਹ ਵੀ ਤਾਂ ਇੱਕ ਸਵਾਲ। ਗੱਲ ਇਹ ਨਹੀਂ ਹੈ ਕਿ ਸਰਕਾਰ ਕਿਹਦੀ ਹੈ, ਗੱਲ ਇੱਕ ਮਸਲੇ ਦੀ ਹੈ। ਮਸਲਾ ਇਹ ਹੈ ਵੀ ਚਾਹੇ ਸਰਕਾਰ ਉੱਥੇ ਕਾਂਗਰਸ ਦੀ ਹੋਵੇ, ਲੇਕਿਨ ਇੱਕ ਵੱਡਾ ਤਬਕਾ ਜਿਹੜਾ ਹੈਗਾ ਉਹ ਉੱਥੇ ਜਿਹੜੇ ਵੀ ਲੋਕ ਕੰਗਣਾ ਰਣੌਤ ਵਰਗੇ ਬੈਠੇ ਹੈ, ਇਹਨਾਂ ਦੇ ਸਮਰਥਕ ਵੀ ਬੈਠੇ ਹੈ, ਇਹਨਾਂ ਦੇ ਲੋਕ ਵੀ ਬੈਠੇ ਹੈ। ਕੋਈ ਰਾਹੁਲ ਗਾਂਧੀ ਦੀ ਗੱਲ ਦਾ ਇਤਫਾਕ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਕੋਈ ਕਾਂਗਰਸ ਦੀ ਸਪੋਰਟ ਕਰ ਰਿਹਾ ਜਾਂ ਕਾਂਗਰਸ ਦੀ ਗੱਲ ਕਰ ਰਿਹਾ, ਪਰ ਜਿਹੜਾ ਗੱਲ ਚਾਹੇ ਉਹ ਕਾਂਗਰਸੀ ਲੀਡਰ ਹੈ ਹਿਮਾਚਲ ਦੇ, ਉੱਤਰਾਖੰਡ ਦੇ, ਦਿੱਲੀ ਦੇ, ਜੋ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਹੈ, ਜੋ ਸ਼ਿਓਰਟੀ ਸੇਫਟੀ
ਜੋ ਸਿੱਖਾਂ ਦੀ ਕਰਨੀ ਚਾਹੀਦੀ ਹੈ ਉਹ ਨਹੀਂ ਹੋ ਰਹੀ। ਤਾਂ ਹੀ ਅਸੀਂ ਜਿਹੜੀ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਮੂਵ ਕੀਤਾ। ਇਸ ਕਰਕੇ ਮੂਵ ਨਹੀਂ ਕੀਤਾ ਕਿ ਉੱਥੇ ਸਰਕਾਰ ਕੀ ਦੀ ਹੈ, ਅਸੀਂ ਬਿਲਕੁਲ ਫੋਲੋ ਕਰ ਗਿਆ, ਲੇਕਿਨ ਲਾਅ ਐਂਡ ਆਰਡਰ ਤਾਂ ਸਰਕਾਰ ਦੇ ਹੱਥ ਦੇ ਵਿੱਚ ਹੁੰਦਾ। ਅਗਰ ਕੋਈ ਬੰਦਾ ਇਸ ਤਰੀਕੇ ਦੇ ਕੰਮ ਕਰਦਾ ਵੀ ਆ ਜਾਂ ਇਸ ਤਰੀਕੇ ਨਾਲ ਕੁੱਟਮਾਰ ਕਰਦਾ ਜਾਂ ਕਤਲ ਕਰਦਾ, ਤਾਂ ਉਹਦੀ ਜ਼ਿੰਮੇਵਾਰ ਤਾਂ ਸਰਕਾਰ ਆਪਣਾ ਦੇਖਣਾ ਹੀ ਹੁੰਦਾ ਨਾ ਕਿ ਸਰਕਾਰ ਨੇ ਪਰਚਾ ਦਰਜ ਕਰਨਾ। ਮੈਂ ਉਹੀ ਕਹਿ ਰਿਹਾ ਵੀ ਜਿਹੜੀ ਸਰਕਾਰ ਦਾ ਜਿਹੜਾ ਫੇਲੀਅਰ ਹੈ, ਚਾਹੇ ਉਹ ਕਾਂਗਰਸ ਦੀ ਸਰਕਾਰ ਹਿਮਾਚਲ 'ਚ ਹੈ, ਚਾਹੇ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹੁਣ ਉੱਥੇ ਵੀ ਪਿਛਲੇ ਹਫ਼ਤੇ ਇੱਕ ਜਿਹੜਾ ਆਪਣੇ ਗੁਰਸਿੱਖ ਸੀਗਾ ਉਹਦਾ ਇੱਕ ਕਾਰਨ ਨੂੰ ਲਿਆਇਆ ਗਿਆ ਅਤੇ ਕੁੱਟਮਾਰ ਕੀਤੀ ਗਈ ਹੈ। ਤੋ ਇਹ ਓਵਰਆਲ ਜਿਹੜਾ ਸੀਨ ਕ੍ਰੀਏਟ ਹੋ ਰਿਹਾ ਸਿੱਖਾਂ ਦੇ ਖਿਲਾਫ਼ ਇੱਕ ਪ੍ਰੋਪੋਗੈਂਡਾ ਨੈਰੇਟਿਵ ਸੈੱਟ ਹੋ ਰਿਹਾ, ਗੱਲ ਉਹਦੀ ਹੈ। ਤਾਂ ਹੀ ਅਸੀਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕੀਤਾ ਕਿ ਉਹ ਇੱਕ ਆਪਣੀ ਕਮੇਟੀ ਫੋਰਮ ਕੀਤਾ ਕਰੇ। ਕਮੇਟੀ ਫੋਰਮ ਕਰਨ ਤੋਂ ਬਾਅਦ ਇੱਕ ਵਾਈਟ ਪੇਪਰ ਪਬਲਿਕ 'ਚ ਲੈ ਕੇ ਆਵੇ, ਲੋਕਾਂ ਨੂੰ ਦੱਸੇ ਕਿ ਸਰਕਾਰ ਜਿਹਦੀ ਮਰਜ਼ੀ ਹੋਵੇ ਕਿਆ ਉਹ ਮਾਈਨੋਰਟੀਜ਼ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ ਜਾਂ ਕਰ ਪਾ ਰਹੀ ਹੈ, ਅਤੇ ਜੇ ਨਹੀਂ ਕਰ ਪਾ ਰਹੀ ਤਾਂ ਕਿਉਂ ਨਹੀਂ ਕਰ ਪਾ ਰਹੀ। ਅੱਛਾ, ਤੁਸੀਂ ਇਹ ਕੰਪਲੇਂਟ ਭੇਜੀ ਆ, ਇਹ ਤਾਂ ਚਲੋ ਬੜੀ ਵਧੀਆ ਗੱਲ ਹੈ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਲੱਗਦਾ ਕਿ ਪੰਜਾਬੀਆਂ ਦੇ ਜਿਹੜੇ ਇੱਥੇ ਹੁਣ CM ਹੈਗੇ ਨੇ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ CM ਨੇ, ਪੰਜਾਬੀਆਂ ਦੀ ਗੱਲਬਾਤ ਕਰਦੇ ਨੇ, ਉਹਨਾਂ ਨੇ ਤਾਂ ਮਸਲਾ ਹੀ ਨਹੀਂ ਟੇਕਅਪ ਕੀਤਾ? ਉਹਨਾਂ ਵੱਲੋਂ ਤਾਂ ਕੋਈ ਕਦੇ ਕਿਹਾ ਹੀ ਨਹੀਂ ਗਿਆ ਹਿਮਾਚਲ ਦੇ CM ਨੂੰ ਵੀ ਇਹ ਤੁਹਾਡੇ ਰਾਜ ਦੇ ਵਿੱਚ ਕੀ ਹੋ ਰਿਹਾ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਜ਼ਰੂਰ ਫੋਨ ਕਰਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਕਿ ਇਨਸ਼ੋਰ ਕਰੋ ਕਿ ਪੰਜਾਬੀਆਂ ਨਾਲ ਇਸ ਤਰੀਕੇ ਦੇ ਇੰਸੀਡੈਂਟ ਨਾ ਹੋ। ਦੇਖੋ ਜੇ ਡੁੱਬੀ ਤਾਂ ਜੇ ਸਾਹ ਆਇਆ, ਜੇ ਸਾਨੂੰ ਇਹਨਾਂ ਤੋਂ ਐਡੀ ਆਸ ਹੁੰਦੀ ਤਾਂ ਸਾਨੂੰ ਕੀ ਲੋੜ ਪਈ ਸੀ ਵੀ ਅਸੀਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕਰਦੇ? ਪੰਜਾਬ ਨੂੰ ਤਾਂ ਇਹਨਾਂ ਨੇ ਇੱਕ ਸ਼ਾਮਲਾਟ ਬਣਾਤਾ, ਕੋਈ ਵੀ ਆਵੇ ਕਿਸੇ ਸਾਡਾ ਚਾਹੇ 10ਵੀਂ 12ਵੀਂ ਸਟੇਟ ਤੋਂ ਉੱਠ ਕੇ ਆਵੇ ਅਤੇ ਪੰਜਾਬ 'ਚ ਆ ਕੇ ਇੱਥੇ ਉਹ ਆਪਣੀ ਫਰੀ ਵਿਲ ਨਾਲ ਮੂਵ ਕਰਦਾ। ਕੀ ਤੁਸੀਂ ਦੇਖਿਆ ਵੀ ਪੰਜਾਬ ਦੇ ਲੋਕ ਕਿੱਥੇ ਕਿੱਥੇ ਜਾ ਕੇ ਵੱਸ ਸਕਦੇ? ਹਿਮਾਚਲ 'ਚ ਤੁਸੀਂ ਜ਼ਮੀਨ ਨਹੀਂ ਲੈ ਸਕਦੇ, ਉੱਤਰਾਖੰਡ 'ਚ ਤੁਸੀਂ ਜ਼ਮੀਨ ਨਹੀਂ ਲੈ ਸਕਦੇ, ਰਾਜਸਥਾਨ 'ਚ ਤੁਸੀਂ ਜ਼ਮੀਨ ਨਹੀਂ ਲੈ ਸਕਦੇ, UP 'ਚ ਤੁਸੀਂ ਜ਼ਮੀਨ ਨਹੀਂ ਲੈ ਸਕਦੇ, ਲੇਕਿਨ ਇਹਨਾਂ ਸਾਰੀਆਂ ਸਟੇਟਾਂ ਦੇ ਲੋਕ ਆ ਕੇ ਇੱਥੇ ਵੱਸ ਸਕਦੇ ਹਾਂ, ਤੁਹਾਡੇ ਹੱਕਾਂ ਦੇ ਉੱਤੇ ਡਾਕਾ ਮਾਰ ਸਕਦੇ ਹਾਂ, ਜਿਹੜੀ ਜੋਬਸ ਤੁਹਾਡੇ ਬੱਚਿਆਂ ਨੇ ਕਰਨੀ ਹੈ ਉਹ ਜੋਬਸ ਦੇ ਉੱਤੇ ਡਾਕਾ ਮਾਰ ਸਕਦੇ ਹਾਂ, ਲੇਕਿਨ ਤੁਹਾਨੂੰ ਜੋਬਸ ਕਿੱਥੇ ਹੈ, ਤੁਹਾਡੇ ਹਿੱਤ ਕਿੱਥੇ ਹੈ? ਜਿਹੜੀ ਸਟੇਟ ਨੇ ਆਪਣੇ ਸਿਟੀਜਨਸ ਵਾਸਤੇ ਕੰਮ ਕਰਨਾ ਹੁੰਦਾ, ਸਾਡੇ ਟੈਕਸਾਂ ਨਾਲ ਸਟੇਟ ਚੱਲ ਰਹੀ ਹੈ, ਸਾਡੇ ਟੈਕਸਾਂ ਦੇ ਪੈਸੇ ਨਾਲ ਬੇਗਾਨੇ ਲੋਕ ਆ ਕੇ ਇੱਥੇ ਜਿਹੜੀ ਹੈ ਮਲਾਈ ਖਾ ਰਹੇ, ਅਤੇ ਇਹ ਗੱਲ ਸਟੇਟ ਗੌਰਮੈਂਟ ਨੇ ਇੰਸ਼ੋਰ ਕਰਨੀ ਹੁੰਦੀ ਹੈ। ਕਿਉਂ ਸਾਡੇ ਬੱਚੇ ਇੱਥੋਂ ਜਿਹੜੀ ਹੈ 30-30 ਲੱਖ ਰੁਪਇਆ ਖਰਚ ਕੇ ਬਾਹਰ ਜਾ ਰਹੇ? ਕਿਉਂਕਿ ਜਦ ਸਾਨੂੰ ਆਪਣੇ ਸਟੇਟ ਦੇ ਵਿੱਚ ਹੀ ਸਾਨੂੰ ਆਪਣੀ ਜੋਬ ਦੀ ਸਿਕਿਉਰਿਟੀ ਨਹੀਂ ਹੈ, ਸਾਨੂੰ ਆਪਣੀ ਸੇਫਟੀ ਨਹੀਂ, ਤਾਂ ਹੀ ਅਸੀਂ ਇਸ ਸਟੇਟ ਦੇ ਵਿੱਚੋਂ ਬਾਹਰ ਜਾਣ ਦਾ ਅਸੀਂ ਹਿਮਾਕਤ ਕਰ ਪਾ ਰਹੇ। ਅਤੇ ਉਹਨਾਂ ਦੀ ਹਿੰਮਤ ਇੰਨੀ ਵੱਧ ਚੁੱਕੀ ਹੈ, ਉਹ ਇੱਕ ਇੱਕ ਮਰਲਾ ਜ਼ਮੀਨ ਦਾ ਲੈ ਕੇ ਇੱਥੇ ਵੱਡੇ ਦਾਅਵੇਦਾਰੀਆਂ ਕਰਨ ਲੱਗ ਗਏ, ਇੱਕ ਇੱਕ ਦੋ ਦੋ ਮਰਲੇ ਦੇ ਮਕਾਨਾਂ ਦੇ ਵਿੱਚ। ਸਰਕਾਰ ਕਿਉਂ ਨਹੀਂ ਬੈਨ ਕਰਦੀ ਜਿਹੜੀ ਇੱਕ ਇੱਕ ਦੋ ਦੋ ਮਰਲੇ ਦੀਆਂ ਰਜਿਸਟਰੀਆਂ? ਉੱਥੇ ਗਰੀਬੀ ਦਾ ਤਬਕਾ ਲਾ ਕੇ ਵੀ ਇਹ ਗਰੀਬ ਲੋਕ ਹੈ, ਕਿਆ ਗਰੀਬਾਂ ਨੇ ਪੰਜਾਬ 'ਚ ਹੀ ਵਸਣਾ? ਗਰੀਬਾਂ ਨੂੰ ਕਿਉਂ ਨਹੀਂ ਹਰਿਆਣਾ ਵਸਾਉਂਦਾ, ਕਿਉਂ ਨਹੀਂ ਹਿਮਾਚਲ ਵਸਾਉਂਦਾ, ਕਿਉਂ ਨਹੀਂ ਦਿੱਲੀ ਵਸਾਉਂਦਾ? ਇਹ ਬੜੀ ਇੱਕ ਸਾਜਿਸ਼ ਦੇ ਤਹਿਤ ਇੱਥੇ ਜਿਹੜੀ ਮੇਜੋਰਟੀ ਨੂੰ ਮਾਇਨੋਰਟੀ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ। ਹਿਮਾਚਲ ਦੇ ਵਿੱਚ ਜਾ ਕੇ ਸ਼ਿਮਲੇ ਜੇ ਉੱਥੇ 20 ਘਰ ਮੁਸਲਮਾਨਾਂ ਦੇ ਬਣ ਗਏ ਤਾਂ ਇਹਨਾਂ ਨੂੰ ਖਤਰਾ ਹੋ ਗਿਆ। ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਜੇ 10 ਮੁਸਲਮਾਨਾਂ ਨੇ ਘਰ ਬਣਾ ਲਏ ਤਾਂ ਇਹਨਾਂ ਨੂੰ ਉੱਥੇ ਖਤਰਾ ਹੋਣ ਲੱਗ ਜਾਂਦਾ। ਪੰਜਾਬ ਦੇ ਵਿੱਚ ਆ ਕੇ ਕੀ ਕਰ ਰਹੇ?
ਪੰਜਾਬ ਦੇ ਵਿੱਚ ਜਿਹੜੇ ਸਾਡੇ ਬੱਚਿਆਂ ਦੇ ਜਿਹੜੇ ਹੱਕ ਹੈ, ਜਿਹੜੇ ਜੋਬਸ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਬੈਕਡੋਰ ਐਂਟਰੀਆਂ ਕਰ ਕਰਕੇ ਉਹਨਾਂ ਦੇ ਹੱਕ ਖਾ ਰਹੇ। ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ, ਸਾਡੀਆਂ ਪੋਲੀਟੀਕਲ ਪਾਰਟੀਆਂ ਸੁੱਤੀਆਂ ਪਈਆਂ, ਅਤੇ ਸਿਰਫ ਵੋਟ ਪੋਲਿਟਿਕਸ ਦੇ ਕਾਰਨ ਸਾਡਾ ਐਡਾ ਵੱਡਾ ਨੁਕਸਾਨ ਹੋ ਰਿਹਾ। ਧੰਨਵਾਦ ਜੀ। ਕੈਮਰਾਮੈਨ ਸਿਕੰਦਰ ਦੇ ਨਾਲ ਰਵਿੰਦਰ ਮੀਤ, PTC ਨਿਊਜ਼, ਚੰਡੀਗੜ੍ਹ।